ਦੁਨੀਆ ਦੇ ਅੰਦਰ ਹਰ ਇਨਸਾਨ ਇੱਕ ਸਫਲ ਇਨਸਾਨ ਬਣ ਕੇ ਜੀਣਾ ਚਾਹੁੰਦਾ ਹੈ ਸਫਲਤਾ ਹਾਸਲ ਕਰਨੀ ਆਨੰਦਮਈ ਜੀਵਨ ਜੀਣਾ ਉੱਚਾ ਔਰ ਸੁੱਚਾ ਆਦਰਸ਼ ਪ੍ਰਾਪਤ ਕਰਨਾ ਇਹ ਹਰ ਇਨਸਾਨ ਦਾ ਹੱਕ ਵੀ ਹੈ ਔਰ ਹਰ ਇਨਸਾਨ ਦਾ ਫਰਜ਼ ਵੀ ਹੈ ਉੱਚ ਸੁੱਚਾ ਆਦਰਸ਼ ਪ੍ਰਾਪਤ ਕਰਨ ਵਾਸਤੇ ਗੋਲ ਪ੍ਰਾਪਤ ਕਰਨ ਲਈ ਟੀਚਾ ਪ੍ਰਾਪਤ ਕਰਨ ਲਈ ਸਫਲਤਾ ਹਾਸਲ ਕਰਨ ਵਾਸਤੇ ਦੁਨੀਆ ਦਾ ਹਰ ਇਨਸਾਨ ਯਤਨ ਵੀ ਕਰ ਰਿਹਾ ਹੈ ਪਰ ਅਸੀਂ ਦੇਖਦੇ ਹਾਂ ਕਿ ਹਰ ਇਨਸਾਨ ਸਫਲਤਾ ਦੇ ਸ਼ਿਖਰ ਤੇ ਨਹੀਂ ਪਹੁੰਚਦਾ ਬਹੁਗਿਣਤੀ ਲੋਕਾਂ ਦੀ ਅਸਫਲ ਹੋ ਜਾਂਦੀ ਹੈ ਆਪਣੀ ਟੀਚੇ ਤੇ ਨਹੀਂ ਉਹ ਪਹੁੰਚ ਨਹੀਂ ਪਾਉਂਦੇ ਤਾਂ ਉਸ ਦਾ ਕਾਰਨ ਕੀ ਹੈ ਤਾਂ ਜਦੋਂ ਅਸੀਂ ਦੇਖਦੇ ਹਾਂ ਉਸ ਦਾ ਕਾਰਨ ਹੈ ਧਿਆਨ ਜਦੋਂ ਅਸੀਂ ਆਪਣੇ ਜੀਵਨ ਵੱਲ ਦੇਖਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਜੋ ਧਿਆਨ ਹੈ ਇੱਕ ਬਹੁਤ ਵੱਡੀ ਸ਼ਕਤੀ ਹੈ ਜੇਕਰ ਟੀਚੇ ਦੇ ਅੰਦਰ ਧਿਆਨ ਨਹੀਂ ਹੈ ਤਾਂ ਅਸੀਂ ਟੀਚੇ ਤੇ ਪਹੁੰਚ ਨਹੀਂ ਪਾਵਾਂਗੇ ਜਿਵੇਂ ਬੋਲਦਿਆਂ ਬੋਲਦਿਆਂ ਕੋਈ ਇਨਸਾਨ ਕਹਿੰਦਾ ਹੈ ਕਿ ਵੀਰੇ ਦੁਬਾਰਾ ਬੋਲਣਾ ਮੈਨੂੰ ਸਮਝ ਨਹੀਂ ਆਈ ਮੈਂ ਸੁਣ ਨਹੀਂ ਸਕਿਆ ਕਿਉਂਕਿ ਮੇਰਾ ਧਿਆਨ ਲਾਂਭੇ ਚਲਾ ਗਿਆ ਇਹਦਾ ਮਤਲਬ ਸੁਣਨ ਵਿੱਚ ਧਿਆਨ ਨਾ ਹੋਵੇ ਤੇ ਅਸੀਂ ਸੁਣ ਨਹੀਂ ਪਾਂਦੇ ਜੇ ਬੌਲਣ ਵਿੱਚ ਧਿਆਨ ਨਾ ਹੋਵੇ ਤਾਂ ਅਸੀਂ ਗਲਤ ਬੋਲ ਜਾਂਦੇ ਹਾਂ ਜਿੰਨੇ ਵੀ ਐਕਸੀਡੈਂਟ ਹੁੰਦੇ ਹਨ ਸੜਕਾਂ ਤੇ ਉਦੋਂ ਹੀ ਹੁੰਦੇ ਹਨ ਜਦੋਂ ਬੰਦੇ ਦਾ ਧਿਆਨ ਭਟਕ ਜਾਂਦਾ ਹੈ ਤਾਂ ਜਦੋਂ ਗੋਲ ਤੋਂ ਧਿਆਨ ਭਟਕ ਜਾਏ ਉਦੋਂ ਇਨਸਾਨ ਆਪਣੇ ਗੋਲ ਦੇ ਉੱਤੇ ਪਹੁੰਚ ਨਹੀਂ ਪਾਂਦਾ ਇਸ ਲਈ ਜੋ ਵੀ ਟੀਚਾ ਮਿੱਥੋ ਉਸ ਟੀਚੇ ਦੇ ਵਿੱਚ ਆਪਣਾ ਧਿਆਨ ਰੱਖੋ ਤੁਹਾਨੂੰ ਆਪਣੇ ਉਸ ਗੋਲ ਤੋਂ ਇਲਾਵਾ ਕੋਈ ਹੋਰ ਚੀਜ਼ ਨਜ਼ਰੀ ਨਹੀਂ ਪੈਣੀ ਚਾਹੀਦੀ ਇਸ ਚੀਜ਼ ਨੂੰ ਸਮਝਣ ਵਾਸਤੇ ਅੱਪਾ ਇੱਕ ਨਿੱਕੀ ਜੀ ਮਿਸਾਲ ਸਾਂਝੀ ਕਰਦੇ ਆਂ ਕੁਝ ਮਿੱਤਰਾਂ ਨੇ ਪਹਾੜ ਬਾਰੇ ਇੱਕ ਸੁੰਦਰ ਪਹਾੜ ਬਾਰੇ ਸੁਣਿਆ ਕਿ ਬਹੁਤ ਸੁੰਦਰ ਪਹਾੜ ਹੈ ਬੜਾ ਉੱਚਾ ਹੈ ਉਦੇ ਉੱਤੇ ਬੜੇ ਸੁੰਦਰ ਫਲਾਂ ਉਰ ਫੁੱਲਾਂ ਵਾਲੇ ਰੁੱਖ ਨੇ ਔਖਾ ਹੈ ਰਸਤਾ ਥੋੜਾ ਚੋਟੀ ਤੱਕ ਪਹੁੰਚਣਾ ਲੇਕਿਨ ਚੋਟੀ ਬਹੁਤ ਸੁੰਦਰ ਹੈ ਪਹਾੜ ਦੀ ਚੋਟੀ ਦੇ ਉੱਤੇ ਚੜ੍ਹ ਕੇ ਜਦੋਂ ਅਸੀਂ ਚਾਰਚ ਫੇਰੇ ਨਜ਼ਰ ਮਾਰਦੇ ਆਂ ਤਾਂ ਦੁਨੀਆਂ ਬਹੁਤ ਸੋਹਣੀ ਨਜ਼ਰ ਆਉਂਦੀ ਹੈ ਕਿਉਂ ਨਾ ਇਸ ਪਹਾੜ ਦੀ ਚੋਟੀ ਤੱਕ ਅਸੀਂ ਵੀ ਪਹੁੰਚੀਏ ਇਹਨਾਂ ਮਿੱਤਰਾਂ ਨੇ ਸਲਾਹ ਕੀਤੀ ਪੰਜ ਛੇ ਮਿੱਤਰ ਪਹਾੜ ਦੀ ਚੋਟੀ ਤੇ ਚੜਨ ਵਾਸਤੇ ਤਿਆਰ ਹੋਏ ਔਰ ਪਹਾੜ ਵੱਲਸੜੇ ਪਹਾੜ ਵਾਲੇ ਪਾਸੇ ਨੂੰ ਇਹ ਚੱਲ ਪਏ ਨੇ ਅੱਗੇ ਜਾ ਕੇ ਹੋਰ ਵੀ ਲੋਕਾਂ ਨੂੰ ਇਹ ਦੇਖਦੇ ਨੇ ਤਾਂ ਉੱਥੇ ਘੱਟ ਤੋਂ ਘੱਟ 5-600 ਆਦਮੀ ਪਹਾੜ ਦੀ ਚੋਟੀ ਤੇ ਚੜਨ ਵਾਸਤੇ ਤਿਆਰ ਨੇ ਜਦੋਂ ਪਹਾੜ ਦੇ ਨਜ਼ਦੀਕ ਪਹੁੰਚਦੇ ਨੇ ਬੜੇ ਮਨਮੋਹਕ ਦ੍ਰਿਸ਼ ਨੇ ਬੜੀ ਸੁੰਦਰ ਘਾਟੀ ਹੈ ਨਦੀ ਵਗ ਰਹੀ ਹੈ ਚਫੇਰੇ ਸੁੰਦਰ ਰੁੱਖ ਨੇ ਬੜੇ ਸੋਹਣੇ ਫੁੱਲ ਖਿੜੇ ਹੋਏ ਨੇ ਔਰ ਕੁਝ ਲੋਕ ਇਸ ਨਦੀਵਲ ਵੱਧ ਗਏ ਉਹਨਾਂ ਨੇ ਫੁੱਲਾਂ ਦਾ ਰੁੱਖਾਂ ਦਾ ਆਨੰਦ ਮਾਣਿਆ ਨਦੀ ਦੇ ਵਿੱਚ ਇਸ਼ਨਾਨ ਕੀਤਾ ਲੇਕਿਨ ਕੁਝ ਲੋਕ ਜਿਹੜੇ ਨੇ ਪਹਾੜ ਦੀ ਚੜਾਈ ਚੜਦੇ ਜਾ ਰਹੇ ਨੇ ਇਹ ਜੋ ਨਦੀ ਦੇ ਵਿੱਚ ਨਹਾਉਣ ਵਾਲੇ ਲੋਕ ਸਨ ਨਦੀ ਵਿੱਚ ਨਹਾਤੇ ਫਲਾਂ ਔਰ ਫੁੱਲਾਂ ਨੂੰ ਵੇਖਿਆ ਇੰਜੋਏ ਕੀਤਾ ਔਰ ਇੱਥੋਂ ਹੀ ਵਾਪਸ ਆ ਗਏ ਕਿ ਬਹੁਤ ਖੁਸ਼ੀ ਹੋਈ ਇਹਨਾਂ ਨੇ ਖੁਸ਼ੀ ਮਾਣੀ ਵਾਪਸ ਚਲੇ ਗਏ ਲੇਕਿਨ ਕੁਝ ਲੋਕ ਪਹਾੜ ਦੀ ਚੜਾਈ ਚੜ ਰਹੇ ਨੇ ਥੋੜੀ ਉੱਤੇ ਗਏ ਹਨ جا کے دیکھدے نے کہ بڑا منموਹਕ ਦ੍ਰਿਸ਼ ਹੈ ਬੜੇ ਸੁੰਦਰ ਸੁੰਦਰ ਫੁੱਲ ਖਿੜੇ ਨੇ ਚਰਨੇ ਜਿਹੜੇ ਨੇ ਚਰ ਰਹੇ ਨੇ ਇਹਨਾਂ ਲੋਕਾਂ ਨੇ ਇੱਥੇ ਰੁਕਣਾ ਕੀਤਾ ਇੱਥੇ ਥੋੜਾ ਜੋ ਖਾਣਾ ਪੀਣਾ ਲੈ ਕੇ ਗਏ ਸਨ ਉਹ ਭੋਜਨ ਪਦਾਰਤ ਛਕੇ ਚਰਨਿਆਂ ਦਾ ਆਨੰਦ ਮਾਣਿਆ ਫੁੱਲਾਂ ਆਦਿਕ ਨੂੰ ਤੱਕਿਆ ਇੱਥੇ ਫੋਟੋਆਂ ਵਗੈਰਾ ਖਿੱਚੀਆਂ ਵੀਡੀਓ ਬਣਾਈ ਔਰ ਇੱਥੋਂ ਹੀ ਵਾਪਸ ਆ ਗਏ ਕਿ ਇਹਨਾਂ ਮਨਮੋਹਕ ਦ੍ਰਿਸ਼ ਉੱਤੇ ਜਾ ਕੇ ਕੀ ਕਰਨਾ ਹੈ ਲੇਕਿਨ ਕੁਝ ਲੋਕ ਜਿਹੜੇ ਨੇ ਉ ਉਤਾਂ ਨੂੰ ਵਧੇ ਨੇ ਉਤਾਂ ਵੱਧਦੇ ਆ ਕੀ ਦੇਖਦੇ ਨੇ ਕਿ ਅੱਗੇ ਚੱਲ ਕੇ ਕੁਛ ਕੰਡਿਆਲਾ ਰਸਤਾ ਆ ਗਿਆ ਹੈ ਝਾੜੀਆਂ ਆ ਗਈਆਂ ਨੇ ਔਰ ਉੱਚੇ ਕਠਿਨ ਪੱਥਰ ਨੇ ਇਹਨਾਂ ਪੱਥਰਾਂ ਨੂੰ ਚੜਨਾ ਪਾਰ ਕਰਨਾ ਕੰਡਿਆਂ ਨੂੰ ਪਾਰ ਕਰਨਾ ਥੋੜਾ ਜਿਹਾ ਔਖਾ ਹੈ ਤਾਂ ਕੁਝ ਲੋਕ ਇਹਨਾਂ ਕੰਡਿਆਂ ਨੂੰ ਪੱਥਰਾਂ ਨੂੰ ਵੇਖ ਕੇ ਵਾਪਸ ਪਰਤ ਆਏ ਕੁਝ ਲੋਕ ਜਿਹੜੇ ਨੇ 30 40 ਬੰਦੇ ਅੱਗੇ ਨੂੰ ਵੱਧ ਰਹੇ ਨੇ ਪਰ ਅੱਗੇ ਜਾ ਕੇ ਕੀ ਦੇਖਦੇ ਨੇ ਕਿ ਅੱਗੇ ਚੜਾਈ ਥੋੜੀ ਹੋਰ ਔਖੀ ਹੋ ਗਈ ਹੈ ਹੁਣ ਇੱਥੋਂ ਚੜਨਾ ਬਹੁਤ ਮੁਸ਼ਕਲ ਹੈ ਇਹ ਲੋਕ ਇੱਥੋਂ ਵਾਪਸ ਆ ਗਏ ਕੋਈ 4-5 ਆਦਮੀਆਂ ਨੇ ਸਿਰੜ ਕੀਤਾ ਜਿਨ੍ਹਾਂ ਨੂੰ ਸਿਰਫ ਆਪਣਾ ਗੋਲ ਦਿਸ ਰਿਹਾ ਸੀ ਕਿ ਪਹਾੜ ਦੀ ਚੜਾਈ ਦੇ ਉੱਤੇ ਚੜ ਕੇ ਅਸੀਂ ਉਸ ਮਨਮੋਹਕ ਦ੍ਰਿਸ਼ ਨੂੰ ਤੱਕਾਂਗੇ ਪਹਾੜ ਦੇ ਉੱਤੋਂ ਦੁਨੀਆ ਕਿਹੋ ਜਿਹੀ ਤਰ੍ਹਾਂ ਦਿਖਦੀ ਹੈ ਉਸ ਆਨੰਦ ਨੂੰ ਮਾਣਾਂਗੇ ਇਹ ਦੁੱਖਾਂ ਦਾ ਤਕਲੀਫਾਂ ਦਾ ਇਹ ਪਰਵਾਹ ਨਾ ਕਰਦੇ ਹੋਏ ਲਗਾਤਾਰ ਆਪਣੇ ਸਿਆਤਰਾ ਨੂੰ ਜਾਰੀ ਰੱਖਿਆ ਔਰ ਆਖਰ ਇਹ ਪਹਾੜ ਦੀ ਚੋਟੀ ਦੇ ਉੱਤੇ ਪਹੁੰਚ ਗਿਆ। ਪਹਾੜ ਦੀ ਚੋਟੀ ਦੇ ਉੱਤੇ ਜਾ ਕੇ ਦੇਖਦੇ ਹਨ ਬਹੁਤ ਸੁੰਦਰ ਫੁੱਲ ਨੇ, ਫਲਾਂ ਵਾਲੇ ਵਿਰਕਸ਼ ਨੇ ਔਰ ਜਦੋਂ ਚਾਰਚ ਫੇਰੀ ਨੂੰ ਚਾਟ ਮਾਰਦੇ ਨੇ ਤਾਂ ਬਹੁਤ ਮਨਮੋਹਕ ਦ੍ਰਿਸ਼ ਇਹਨਾਂ ਨੂੰ ਨਜ਼ਰੀ ਪੈ ਰਿਹਾ ਹੈ। ਤਾਂ ਇਹ ਜੋ ਕਹਾਣੀ ਹੈ ਸਾਨੂੰ ਕੀ ਦੱਸਦੀ ਹੈ? ਕੁਝ ਲੋਕ ਤਾਂ ਥੱਲੇ ਨਦੀ ਨੂੰ ਦੇਖ ਕੇ ਪਾਣੀ ਨੂੰ ਦੇਖ ਕੇ ਉਥੋਂ ਹੀ ਵਾਪਸ ਆ ਗਏ ਨੇ ਤਾਂ ਇਸੇ ਤਰ੍ਹਾਂ ਜੀਵਨ ਦੇ ਅੰਦਰ ਕੁਝ ਲੋਕ ਮਹਾਨ ਆਦਰਸ਼ ਮਿਥ ਲੈਂਦੇ ਨੇ ਪਰ ਜਦੋਂ ਉਹਨਾਂ ਨੂੰ ਕੋਈ ਛੋਟੀ ਜੀ ਖੁਸ਼ੀ ਮਿਲ ਜਾਂਦੀ ਹੈ ਛੋਟੀ ਜੀ ਪ੍ਰਾਪਤੀ ਹੋ ਜਾਂਦੀ ਹੈ ਉਹ ਉੱਥੇ ਹੀ ਸੰਤੁਸ਼ਟ ਹੋ ਕੇ ਵਾਪਸ ਪਰਤ ਜਾਂਦੇ ਨੇ ਕੁਝ ਲੋਕ ਅਗਾਂਹ ਵੱਧਦੇ ਨੇ ਉਸ ਤੋਂ ਥੋੜੀ ਜੀ ਵੱਡੀ ਖੁਸ਼ੀ ਉਹਨਾਂ ਨੂੰ ਮਿਲਦੀ ਹੈ ਤਾਂ ਉਸ ਖੁਸ਼ੀ ਨੂੰ ਵੇਖ ਕੇ ਆਪਣੇ ਗੋਲ ਤੋਂ ਧਿਆਨ ਹਟਾ ਲੈਂਦੇ ਨੇ ਉਹਨਾਂ ਦਾ ਧਿਆਨ ਉਸ ਖੁਸ਼ੀ ਦੇ ਉੱਤੇ ਲੱਗ ਜਾਂਦਾ ਹੈ ਤੇ ਉੱਥੋਂ ਹੀ ਵਾਪਸ ਆ ਜਾਂਦੇ ਨੇ ਕੁਝ ਲੋਕ ਐਸੇ ਨੇ ਜੋ ਆਪਣੇ ਗੋਲ ਨੂੰ ਭੁੱਲ ਕੇ ਸਿਰਫ ਰਾਸਤੇ ਦੀਆਂ ਤਕਲੀਫਾਂ ਤੇ ਦੁੱਖਾਂ ਦੇ ਉੱਤੇ ਧਿਆਨ ਕੇਂਦ੍ਰਿਤ ਕਰ ਲੈਂਦੇ ਨੇ ਉਹਨਾਂ ਦਾ ਧਿਆਨ ਆਪਣੇ ਗੋਲ ਤੋਂ ਭਟਕ ਜਾਂਦਾ ਹੈ ਤਾਂ ਉਹ ਦੁੱਖਾਂ ਦੇ ਵਿੱਚ ਧਿਆਨ ਰੁੜਨ ਕਰਕੇ ਵਾਪਸ ਪਰਤੋਂਦੇ ਹਨ ਕੁਝ ਲੋਕ ਐਸੇ ਨੇ ਜੋ ਆਪਣੇ ਗੋਲ ਵੱਲ ਆਪਣੇ ਏਮ ਵੱਲ ਉੱਚੇ ਆਦਰਸ਼ ਵੱਲ ਧਿਆਨ ਦਿੰਦੇ ਨੇ ਔਰ ਲਗਨ ਦੇ ਨਾਲ ਵੱਧਦੇ ਚਲੇ ਜਾਂਦੇ ਹਨ ਉਹ ਲੋਕ ਆਪਣੇ ਉੱਚੇ ਸੱਚੇ ਆਦਰਸ਼ ਔਰ ਆਪਣੇ ਗੋਲ ਦੇ ਉੱਤੇ ਪਹੁੰਚਦੇ ਹਨ ਇਸ ਲਈ ਸਾਨੂੰ ਸਭ ਤੋਂ ਪਹਿਲਾਂ ਆਪਣਾ ਗੋਲ ਨਿਸ਼ਚਿਤ ਕਰਨਾ ਚਾਹੀਦਾ ਹੈ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਾਨ ਤਾਂ ਇਹ ਹੈ ਕਿ ਇਸ ਮਨੁੱਖ ਦੇ ਕੋਲ ਆਪਣਾ ਕੋਈ ਗੋਲ ਨਹੀਂ ਹੈ ਬਹੁ ਗਿਣਤੀ ਦੇ ਕੋਲ ਕਿ ਮੇਰੀ ਵਰਡਿੰਗ ਕੈਸੀ ਹੋਵੇ ਮੇਰੀ ਸ਼ਬਦਾਵਲੀ ਕੈਸੀ ਹੋਵੇ ਮੇਰੀ ਮਾਨਸਿਕਤਾ ਕੈਸੀ ਹੋਵੇ ਮੇਰਾ ਬੌਧਿਕ ਵਿਕਾਸ ਕੈਸਾ ਹੋਵੇ ਮੇਰਾ ਧਾਰਮਿਕ ਆਰਥਿਕ ਸਮਾਜਿਕ ਆਦਿਕ ਜੀਵਨ ਕੈਸਾ ਹੋਵੇ ਸਭ ਤੋਂ ਪਹਿਲਾਂ ਇੱਕ ਉੱਚਾ ਗੋਲ ਨਿਰਧਾਰਤ ਕਰਨ ਦੀ ਜ਼ਰੂਰਤ ਹੈ ਫਿਰ ਉਸ ਗੋਲ ਦਾ ਰਾਹ ਤੈਅ ਕਰਨਾ ਡਾਇਰੈਕਸ਼ਨ ਤੈਅ ਕਰਨੀ ਔਰ ਸਹੀ ਡਾਇਰੈਕਸ਼ਨ ਦੇ ਉੱਤੇ ਲਗਨ ਦੇ ਨਾਲ ਵਧਦੇ ਚਲੇ ਜਾਣਾ ਜੋ ਲੋਕ ਇਹਨਾਂ ਨਿਯਮਾਂ ਨੂੰ ਫੋਲੋ ਕਰਦੇ ਹਨ ਉਹ ਆਪਣੇ ਉੱਚੇ ਸੁੱਚੇ ਆਦਰਸ਼ ਨੂੰ ਹਾਸਲ ਕਰ